लो जी आ बंदे बारे दो तीन वीडियो देखिया कई कहते थप्पड़ थुप्पड़ लगे कुट कुट पई हैगी बंदे ते कई कहते भाई एदा राम नाम सत हो गया हूँ पता नहीं। मैं तो जो मैं मिले मैं तुम्हें शेयर कर लग्या तू मैनू कहने एंड बंदे का माड़ा ही होंगे यार जिदा मर्जी कर लो तो जोड़ा बंदा करेगा भीरे वह फिर भरूगा ही भरूगा हूँ की करिए आ देख लो ऐ भीरे रवे रवे ना हड्डी झंडा तू जरूर रहेगा आ कुछ तेरा। बोल रहा जी आई एडी थिंक एडी स्टेटमेंट है भी झंडा भी तो जमीन ते गड होना जी। ओ नहीं, फिर देखो निहंग लाना तो पैदा ही महाराजा रणजीत सिंह के राज वेले होया यार। तुसी कई जने गुरु साहब दी फौजा एदा दे लफंडर बंदे गुरु साहब दे नेड़े किदां रह सकदे भंग पीने वाले। ਉਹੀ ਗੱਲ ਹੈ ਭਾਜੀ, ਮੈਂ ਜਾ ਕੇ ਆਇਆ ਇਹਨੇ ਨਾ ਜਿੱਥੇ ਮੋਹਰੇ ਘੋੜੇ ਬੰਨੇ ਆ ਨਾ, ਜਿੱਦਾਂ ਮੈਂ ਵੀ ਕਿਸਾਨ, ਇਹਨੇ ਮੋਹਰੇ ਸ਼ਰਿਆਮ ਦਾ ਭੰਗ ਰੱਖਿਓ ਸੁੱਕਣੀ ਪਾਈ ਹੋ ਜੀ। ਉਹ ਤਾਂ ਹਜੇ ਦੂਜੇ ਦਾ ਟੀਵੀ ਇਹਦਾ ਨਾ ਬਾਈ ਮੁੰਡੇ ਦਾ ਬਾਕੀ ਵੀ ਠੀਕ ਹੀ ਮੰਨੇ ਹੋਇਆ ਮੈਂ ਕਾਮੇ ਜਿਵੇਂ ਦੰਦ ਮੀਡੀਆ ਦਾ ਇਹਨੂੰ ਬੰਦੇ ਸਾਗੇ ਨੂੰ। ਦੱਸੀ ਜਾਂਦਾ ਹਜੇ। ਉਹ ਨਹੀਂ ਨਹੀਂ ਉਹਨਾਂ ਦੀਆਂ ਪਾਲਿਸੀਆਂ ਆ ਯਾਰ, ਇਹਨਾਂ ਨੂੰ ਪ੍ਰਮੋਟ ਕਰਨ ਦੀਆਂ। ਦੇਖੋ ਜਦੋਂ ਜੇ ਅਸੀਂ ਨਿਹੰਗਾਂ ਨੂੰ ਇਹ ਮੰਨਣਾ ਆ ਵੀ ਇਦਾਂ ਦੇ ਗੁੰਡੇ ਲੁੱਚੇ ਲਫੰਗੇ ਗੁਰੂ ਗੋਬਿੰਦ ਸਿੰਘ ਨੇ, ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਇਦਾਂ ਦੇ ਕਿਰਦਾਰ ਦੇ ਹੋਣਗੇ। ਦੱਸਦੀ ਹੈ ਕਿ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਕੁਝ ਬਖਾਣੀ ਹੈ ਜੀ ਹੁਣ ਅਣਪਛਾਤੇ ਲੋਕਾਂ ਦੇ ਵੱਲੋਂ ਹਨੇਕ ਸਿੰਘ ਨੇਕੀ ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਦੇ ਨਾਲ ਉਹ ਇਹ ਗੰਭੀਰ ਲੇਵਾ ਰੂਪ ਕਰੀ ਵਿੱਚ ਜਾਂਦੇ ਆ ਜ਼ਖਮੀ ਹੋ ਕੋਈ ਗਿਆ ਕਹਿੰਦਾ ਸਾਲਾ ਅਤੇ ਇਹਦਾ ਉਸਨੂੰ ਰਾਮ ਨਾਮ ਆਕਲੈਂਡ ਸੱਤ ਦੇ ਹੋ ਗਿਆ, ਹਸਪਤਾਲ ਉਹਦਾ ਵਿੱਚ ਇਹ ਹੋ ਦਾਖਲ ਗਿਆ। ਕਰਵਾਇਆ ਗਿਆ। ਇਹ ਘਟਨਾ ਬੀਤੀ ਰਾਤ ਕਰੀਬ 10 ਵਜੇ ਹੁਣ ਵਾਪਰੀ। ਤੁਸੀਂ ਤਾਂ ਆਪ ਹੀ ਚੈੱਕ ਕਰ ਜਾਣਕਾਰੀ ਦੇ ਲੋ ਬਈ ਅਨੁਸਾਰ ਹਰਨੇਕ ਸਿੰਘ ਇਹਦੇ ਨੇਕੀ ਬਾਜੇ ਦੇ ਘਰ ਬਾਜੇ ਗਿਆ ਦਾਖਲ ਮੈਨੂੰ ਤਾਂ ਹੋ ਕੇ ਲੱਗਦਾ ਹਮਲਾ ਜਿਵੇਂ ਕੀਤਾ ਜਵਾਨ ਗਿਆ, ਤੰਗ ਦੇ ਉਹਨਾਂ ਨੂੰ ਬਹੁਤ ਗੰਭੀਰ ਸੀਗਾ। ਸੱਟਾਂ ਵੀ ਇੱਦਾਂ ਹੀ ਲੱਗੀਆਂ। ਕੁਛ ਹੋਣਾ ਸਾਲੇ ਦਾ ਹੋਰ ਕੀ ਹੈ।